अस्सलाम वालेकुम बेलियो, की हाल चाल है? खैर खरीयत नाल है, उम्मीद करेंगे कि सारे वेखण वाले ठीक ठाक होणगे ते खरीयत नाल होणगे। दोस्तों मौजूद हैगे आ चक नंबर 175 जिम्बे कोड़ी दी चौक जिला जंग, और 175 दे सब तो सस्ते व्यापारी शफकतुल्ला दे कोल। माशाल्लाह खूबसूरत घोड़ी है सजनों, इहदे हत्थां पैरां नूं नज़र मार लो ते बाकी डिटेल आपां शफकतुल्ला कोल लै लैंदे आ। अखां कान कनौतियां कुमैत पांच कल्याण, कुमैत पांच कल्याण है ना, कक्की कुमैत पांच कल्याण घोड़ी। शफकतुल्ला सवारी दी की हो जी? ਵਿਖਾਓ ਬਲਾ ਦੀ ਚੜੀ ਦੀ ਵਿਖਾਓ ਵੀਡੀਓ ਚੈੱਕ ਕਰਨੇ ਆ, ਬਾਕੀ ਘੋੜੀ ਸਾਰ ਵੀ ਸਟਾਕ ਮਾਰ ਲੈ ਤੇ ਇਹਨੂੰ ਇੰਚ ਟੇਪ ਵੀ ਕਰ ਲੈਨੇ ਆ, ਚੜੀ ਦੀ ਵੇਖ ਲੈਨੇ ਆ। ਕੱਦ ਘੋੜੇ ਦਾ ਬਾਈ ਜੀ ਫਾਈਨਲ ਹੀ 8 ਇੰਚ। ਅੱਛਾ ਚਲੋ, ਪੈਰਾਂ ਦੀ ਮੱਥੇ ਦੀ ਘੋੜੀ ਸਾਫ ਤਸੱਲੀ ਹੋ ਜਾਸੀ ਜੀ, ਮੱਥੇ ਵਾਲੀ ਗੱਲ ਅਸਾਂ ਕੱਢ ਦਿੱਤੀ ਹੋਈ ਆ ਆਪਣੇ ਟੋਟਲੀ। ਤਾਂ ਬੜੇ ਲੋਕਾਂ ਦੇ ਮੈਸੇਜ ਆਏ ਨੇ, ਸਨੇਹ ਆਏ ਨੇ ਮੇਰੇ ਹਾਲ, ਤਾਜ਼ੀਦਾਰਾਂ ਦੇ ਆਏ ਨੇ, ਵੱਡੇ ਵੱਡੇ ਸ਼ੁਕੀਨਾਂ ਦੇ ਆਏ ਨੇ। ਬਈ ਇਹ ਇੱਕ ਸਮਝ ਲਓ ਬਈ ਇੱਕ ਕੁਫਰ ਹੈ ਜਿਹੜਾ ਕਿ ਤੁਸੀਂ ਕਰਦੇ ਹੋ। ਔਰ ਮੈਂ ਤਾਂ ਹੁਣ ਇਹ ਆਉਂਦਾ ਬਈ ਜਿਹੜਾ ਕੋਈ ਵਪਾਰੀ ਜਾ ਕੇ ਕਿਸੇ ਦੇ ਕਿਲੇ 'ਤੇ ਮੱਥੇ ਵਾਲਾ ਨੋਕਸ ਕੱਢੇ ਅਤੇ ਉਹਨੂੰ ਡਾਂਗਾ ਮਾਰੋ, ਕਿਉਂਕਿ ਇੱਕ ਅੱਲਾ ਦੀ ਨਿਸ਼ਾਨੀ ਹੈ, ਹੈ ਹੀ ਕੋਈ ਨਾ, ਵਪਾਰੀਆਂ ਦਾ ਰੋਲਾ ਢੇਰ ਬਣਿਆ, ਉਹ ਲੈ ਸਕਦੇ, ਹੈ ਹੀ ਕੋਈ ਨਾ ਮਸਲਾ ਹੀ ਕੋਈ। ਸ਼ਫਕਤੁੱਲਾ ਇਹਦੀ ਚੜੀ ਵਿਖਾਓ ਸਾਨੂੰ, ਗੱਲ ਤੇਰੀ ਠੀਕ ਹੈ ਨਾ ਬਈ ਜਿਹੜੀ ਸ਼ਾਇਦ ਅੱਛੀ ਹੁੰਦੀ ਹੈ ਯਕੀਨਨ ਉਹ ਆਪਣਾ ਆਪ ਵਿਖਾ ਛੱਡਦੀ ਹੈ, ਹੁਣ ਲੋਕਾਂ ਨੂੰ ਪਤਾ ਵੀ ਚੱਲ ਜਾਂਦਾ ਬਈ ਯਾਰ ਹਾਂਜੀ ਹਾਂਜੀ ਸ਼ਿਕਾਰ ਦੀ ਬਣਾਉਂਦੇ ਆ, ਤੁਸੀਂ ਚੜੋ ਨਾ ਜੀ ਉੱਤੇ ਦੇ ਕੱਲ ਲੈ ਕੇ ਆ ਯਾਰ। हाँ जी घोड़ी की सवारी दोस्तों चेक कर लो, ਬਾਹਰ ਡੱਕ ਦੇ ਸ਼ਫਕਤੁੱਲਾ ਨੂੰ ਇੰਚੀ ਟੇਪ ਕਰ ਲਓ, ਇੱਥੇ ਲੈ ਆ, ਇੱਥੇ ਲੈ ਆ, ਜ਼ਰਾ ਉੱਤੇ ਆਉਂਦੇ ਭੈਣ ਸ਼ਿਕਾਰੀ ਆ। ਸ਼ਫਕਤੁੱਲਾ ਬੰਦੇ ਵੈਸੇ ਸਿਆਣੇ ਹੋ ਗਏ ਨਾ, ਹੁਣ ਚਿੱਟੇ ਪਾਵੜੀਆਂ ਨਾਲ ਲੈ ਆਉਂਦੇ ਨੇ। ਹਾਂ ਹੱਥ ਫੇਰ ਕੇ ਮੂੰਹ ਤੇ ਚਾਰ ਰਾਂਡ ਦੇ। ਸ਼ਫਕਤੁੱਲਾ ਕਾਦੇ ਦਾ ਕੀਤਾ ਹੋਇਆ ਅੱਗੇ ਤੋਂ, ਇਹਦਾ ਕਾਦ ਬਾਈ ਜੀ ਕੀਤਾ ਹੋਇਆ ਕਿਤਨਾ ਘੋੜੀ ਦੱਸੇ ਨੀ ਪੇ ਕਿਤਨਾ ਕਾਦ ਦੇ ਚਾਹੀਂ, 8 ਇੰਚ ਕਾਦ ਘੋੜੀ
ਚੱਕਤੁਲਾ ਗੋੜੀ ਦੀ ਕੀ ਉਮਰ ਹੈ? ਗੋੜ ਦੀ ਬਾਈ ਦੀ ਉਮਰ 5 ਸਾਲ। 5 ਸਾਲ ਜੀ। ਮੋਂ ਪੱਟੀ ਗਲਾ ਆਹ ਤੇ ਦੰਦ ਚੈੱਕ ਕਰ ਲਿਆ। ਇਹ ਗੋੜੀ ਸਾਈਡ ਵਾਲ ਦੰਦ ਪੰਜਵਾਂ ਹੁਣ ਪੂਰਾ ਕਰਿੰਦੇ ਪਈ ਨੇ। ਜੀ ਹਾਂ। ਚੱਕਤੁਲਾ ਦੀ ਉਮਰ ਕੀ ਹੈ ਗੋੜੀ? ਗੋੜ ਦੀ ਬਾਈ ਜੀ ਉਮਰ 5 ਸਾਲ। 5 ਸਾਲ ਹੋ ਗਏ। ਰੰਗ ਕੀ? ਰੰਗ ਗੋੜ ਦਾ ਕੱਕਾ ਕੁਮੈਤ 5 ਕਲੀਆਂ। 5 ਕਲੀਆਂ ਗੋੜੀ। ਪੈਰ 4 ਸਫੈਦ, ਮੱਥੇ ਪੱਟਾ। ਹੱਥਾਂ ਪੈਰਾਂ ਦੀ ਕੀ? ਹੱਥਾਂ ਪੈਰਾਂ ਦੀ ਬਾਈ ਜੀ ਗੋੜੀ ਬਿਲਕੁਲ ਸਾਫ਼ ਹੈ। ਸਾਫ਼ ਹੈ ਜੀ। ਘੋੜੇ ਗੱਤੇ ਹੁੰਦੇ ਨਾ, ਅਸਾਂ ਗੋੜੀ ਤਾਂ ਕੋਈ ਨਹੀਂ ਗੋੜਾ ਗੱਤਿਆ, ਸਾਡੀ ਗੋੜੀ ਖਾ ਲਈ ਹੈ। ਨਹੀਂ ਜਿਹੜਾ ਆਉਂਦੇ ਨੇ ਪਿਛਲਿਆਂ ਦੱਸਿਆ ਗੋੜਾ ਕਰਾਸ ਹੋਇਆ। ਪਿਛਲਿਆਂ ਦੀ ਮੁੜੋ ਨਾ, ਕਿਸੇ ਦੀ ਆਪਣੀ ਗਰੰਟੀ ਹੁੰਦੀ ਹੈ, ਲੇਕਿਨ ਅਸੀਂ ਉਹ ਗਰੰਟੀ ਨਹੀਂ ਸਾਨੂੰ ਦਿੰਦੇ, ਕਿਉਂਕਿ ਅਸਾਂ ਗੋੜੀ ਤਾਂ ਗੋੜਾ ਕੋਈ ਨਹੀਂ ਕਰਾਸ ਕੀਤਾ ਜੀ, ਸਾਡੀ ਗੋੜੀ ਖਾਲੀ ਖਾਲੀ ਹੈ ਜੀ। ਹੁਣ ਦੁਬਾਰਾ ਹੀਟ 'ਤੇ ਅਸੀਂ ਫਿਰ ਇਸ 'ਤੇ ਗੋੜਾ ਕਰਾਸ ਹੋ ਸੀ ਟਾਈਮ 'ਤੇ, ਇਸ ਲਈ ਇਹਦਾ ਥਾਂ ਨਿਸ਼ਾਨ ਪਕਾ ਗਏ ਕਾਦ ਗੋੜ ਦੇ 61 ਇੰਚ ਜੀ। ਬਸ ਕਰ, ਚੜੀ ਦੀ ਗੋੜੀ ਬਿਲਕੁਲ ਸਾਫ਼ ਹੈ। ਚੜੀ ਦੀ ਤੁਹਾਨੂੰ ਚੈੱਕ ਕਰਾਵਣੀ ਗੋੜੀ 'ਤੇ ਚਾੜ ਕੇ। ਸ਼ਫਤੁਲਾ ਜਿਹੜਾ 7-8 ਮਹੀਨੇ ਦਾ ਵਛੇਰੀ ਵਛੇਰਾ ਹੁੰਦਾ ਜੀ, ਉਹਨੂੰ ਛੋਲੇ ਦੇਣੇ ਚਾਹੀਦੇ? ਖਵਾਈ ਰੱਖੋ। ਅੱਛਾ ਜੀ, ਲੇਕਿਨ ਥੋੜ੍ਹੇ ਥੋੜ੍ਹੇ ਜੀ, ਉਹ ਤਾਂ ਕਿਹੜਾ ਟੈਨਸ਼ਨ ਹੈ ਜੀ, ਖੁਰਾਕ ਹੀ ਹੈ ਇਹਦੇ ਨਾਲ, ਜ਼ਿਆਦਾ ਨਹੀਂ। ਨਹੀਂ, ਇੱਕ ਦੋ ਛੁੱਟ ਜਾਂਦਾ ਵਛੇਰੀ ਵਛੇਰੇ ਜੇ, ਤਾਂ ਉਸ ਬਾਅਦ ਉਹਨੂੰ ਖੁਰਾਕ ਚਾਹੀਦੀ ਹੈ ਜਿਤਨੀ ਦੇ ਉਹਨੂੰ ਖੁਰਾਕ ਜੀ। ਸ਼ਫਕਤੁਲਾ ਵੀਡੀਓ ਦੇ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਬਈ ਸਸਤਾ ਵਪਾਰੀ ਸਰ ਜੀ ਜੀ, ਤੇ ਕਿਵੇਂ ਹੁਣ ਸਸਤਾ ਬਸ ਸਾਡਾ ਬਾਈ ਜੀ? ਮੁੱਲ ਬੜਾ ਮੁਨਾਸਿਬ ਆਉਂਦਾ, ਸਸਤੇ ਸਾਰੇ ਹੀ ਆਉਂਦੇ ਨੇ, ਲੇਕਿਨ ਮੁੱਲ ਜਿਹੜਾ ਹੁੰਦਾ ਨਾ, ਇਹ ਇਤਨਾ ਕੁ ਮੰਗੋ ਬਾਈ, ਅਗਲਾ ਬੰਦਾ ਪਰੇਸ਼ਾਨ ਨਾ ਹੋਵੇ, ਲੈਣ ਵਾਲਾ ਖੁਸ਼ ਹੋ ਕੇ ਗੋੜੀ ਦੀ ਗੱਲ ਛਲ ਕਰੇ ਜੀ। ਉਸ ਹਿਸਾਬ ਨਾਲ ਸਾਡੀ ਗੋੜੀ ਦਾ ਮੁੱਲ 4.5 ਲੱਖ ਰੁਪਏ ਹੈ। 4.5 ਲੱਖ? 4.5 ਲੱਖ ਜੀ। ਰਹਿਤ ਜਿਤਨੀ ਇੱਕ ਹੋ ਸਕੀ ਬਿਰਾਵਾਂ ਨਾਲ ਕਰਸਾਂ ਜੀ, ਇੱਜ਼ਤ ਕਰਸਾਂ, ਰਹਿਤ ਕਰਸਾਂ, ਹਯਾ ਕਰਸਾਂ, ਅਤੇ ਪਿਆਰ ਮੁਹੱਬਤ ਗੋੜੀ ਦੀ ਸਾਂ ਜੀ ਜੀ। ਬਾਕੀ ਗੋੜੀ ਤੁਹਾਡੇ ਸਾਹਮਣੇ ਮੈਂ, ਇਹਦੇ ਵਿੱਚ ਕੋਈ ਸ਼ੱਕ ਹੋਵੇ ਇਹਦੀ ਨਸਾਂ ਦੇ 'ਚ, ਇਹਦੇ ਰੰਗ 'ਚ, ਇਹਦੀ ਬਾਡੀ 'ਚ, ਇਹਦੇ ਜੋੜਾਂ 'ਚ, ਤਾਂ ਉਸਦੀ ਜ਼ਿੰਮੇਵਾਰੀ ਉਸੇ ਜੀ ਜੀ। ਤੁਸੀਂ ਗੋੜੀ ਤਸੱਲੀ ਨਾਲ ਚੈੱਕ ਕਰਾਇਓ, ਇਹ ਪਿਓਰ ਦੇਸੀ ਗੋੜੀ ਹੈ, ਬਿਲਕੁਲ ਕਿਸੇ ਕਿਸਮ ਦੇ ਵਿੱਚ ਕੋਈ 1% ਨਹੀਂ ਕਰਾਸ, ਕਿਸੇ ਕਿਸਮ ਦਾ ਗਰਾਸ ਹੋਵੇ ਉਹਦੀ ਜ਼ਿੰਮੇਵਾਰੀ ਉਸੇ ਜੀ, ਪਿਓਰ ਦੇਸੀ ਗੋੜੀ ਹੈ। ਹਾਂਜੀ, ਸ਼ਫਕਤੁਲਾ ਥਾਂ 'ਤੇ ਲੈ ਚਲੋ ਜੀ, ਥਾਂ ਦੀ ਵੀਡੀਓ ਵੇਖ ਲਓ। ਸ਼ਫਕਤੁਲਾ ਕੁਰਬਾਨੀ ਵਾਲਾ ਕੋਈ ਜਾਨਵਰ ਹੈ ਵੇਚਣ ਵਾਲਾ? ਹੈ ਵਿਖਾਓ ਭਲਾ, ਉਹ ਵੀ ਲੱਗਦੇ ਹੱਥ ਵਿਖਾ ਛੋੜੋ ਬਈ। ਹੈ ਬੱਚਾ ਜਾ, ਬੱਚਾ ਲਿਆ, ਬੱਚਾ ਛੱਡ ਲਿਆ, ਉਹ ਜਿਹੜਾ ਸਾਵਾਂ ਖਲਾ ਮੂੰਹ ਕੀ ਹੈ? ਦੂਹਾਂ ਦੁੰਦਾ ਹੈਲਾ, ਕਿਤਨੇ ਮਾਣ ਹੈ? ਕਿਤਨਾ ਗੋਸ਼ਤ ਹੈ? 4 ਮਾਂ? ਥੋੜਾ ਨਹੀਂ, ਹੁਣ ਆ ਹੀ ਜਾਣਾ ਸਾਹਮਣੇ।
ਘੋੜੀ ਦਾ ਥਾਨ ਵੀ ਚੈੱਕ ਕਰ ਲਓ ਲਿਆ ਪੁੱਤਰ ਲਿਆ ਇੱਕ 60 ਮੰਗਦੇ ਪਿਓ ਤੇ ਜਾਇਜ਼ ਮੁਨਾਸਬ ਕਰ ਲੈ ਸੋ ਪਰਾਂ ਪੁੱਤਰ ਲੈ ਜਾ ਸੜਕ ਤੇ ਇਹਨੂੰ ਲਓ ਬੇਲੀ ਉਹ ਘੋੜੀ ਦੀ ਡਿਟੇਲ ਸਾਰੀ ਦੋਸਤਾਂ ਦੇ ਨਾਲ ਸ਼ੇਅਰ ਹੋ ਗਈ ਹੈ ਤੇ ਦਾਂਤ ਵੀ ਤੁਹਾਨੂੰ ਵਿਖਾ ਛੋੜਿਆ ਵੱਛਾ ਵਛੇਰ ਵੱਛਾ ਵੀ ਤੁਹਾਨੂੰ ਵਿਖਾ ਛੋੜਿਆ ਉਹਦੀ ਡਿਟੇਲ ਵੀ ਸ਼ੇਅਰ ਕਰ ਦਿੱਤੀ ਹੈ ਦੋਸਤਾਂ ਦੇ ਨਾਲ ਵੀਡੀਓ ਕਿਵੇਂ ਦੀ ਲੱਗੀ ਹੈ ਲਾਜ਼ਮੀ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹਦੇ ਨਾਲ ਇਜਾਜ਼ਤ ਰੱਬ ਰੱਖ